ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ? ਤੁਸੀਂ ਦੇਖਦੇ ਪਏ ਹੋਤਾ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਵੀਰ ਮੁਹੰਮਦ ਲਤੀਫ ਜੱਟ। ਦੋਸਤੋ, ਸਭ ਤੋਂ ਪਹਿਲੋਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕ ਬਾਸਾਨ ਤਰੀਕੇ ਸੇ ਪਹੁੰਚ ਸਕੇ। ਅੱਜ ਵੀਰਾਂ ਵਾਸਤੇ ਮਾਸ਼ਾਅੱਲਾ ਗੱਬਨ ਚੜੀ ਵੀਡੀਓ ਲੈ ਕੇ ਆਇਆ ਵਾਂ। 4 ਮਹੀਨੇ ਦੀ ਗੱਬਨ ਹੈ, ਡਾਕਟਰ ਪਾਸ ਹੈ। ਆਪਣਾ ਡਾਕਟਰ ਨਾਲ ਲਿਆ ਕੇ ਚੈੱਕ ਕਰਵਾ ਕੇ ਜਾਣੀ ਹੈ। ਉਹ ਮਾਲਕਣ ਕੋਲ 6 ਲੀਟਰ ਦੁੱਧ ਹੈ, 2 ਟਾਈਮ ਚੋ ਕੇ ਤਸੱਲੀ ਕਰਕੇ ਲੈ ਕੇ ਜਾਣ। ਗੱਬਨ ਦੀ ਗਰੰਟੀ ਹੈ, ਦੁੱਧ ਦੀ ਗਰੰਟੀ ਹੈ, ਥਾਂ ਦੀ ਗਰੰਟੀ ਹੈ, ਪਿੱਛੇ ਦੀ ਗਰੰਟੀ ਹੈ, ਹਰ ਗੱਲ ਦੀ ਗਰੰਟੀ ਹੈ। ਦੂਜਾ ਸੁਬਾ ਸੁਣਾ ਹੈ, ਲਾਜਵਾਬ ਝੋਟੀ ਹੈ। ਅੱਜ ਤੋਂ 3-4 ਦਿਨ ਪਹਿਲਾਂ ਲਗਾਈ ਸੀ ਬਾਬੇ ਤਫੈਲ ਦੀ ਝੋਟੀ, ਉਸ ਝੋਟੀ ਤੋਂ ਬੜੇ ਨਾਰਾਜ਼ ਹੋਏ ਨੇ ਮੇਰੇ ਵੀਰ, ਮੇਰੇ ਬੜੇ ਸਕਰਬ ਨਾਰਾਜ਼ ਹੋਏ ਨੇ ਕਿ ਲਤੀਫ ਬਾਈ ਉਹ ਝੋਟੀ ਤੁਸੀਂ ਕਿਉਂ ਅਗਾਂਹ ਦੇਤੀ ਹੈ। ਉਸ ਤੋਂ ਚੰਗੀ ਝੋਟੀ ਮਾਸ਼ਾਅੱਲਾ ਝੋਟੀ ਕੱਢ ਕੇ ਲਿਆ, ਫੁੱਲ ਬਰੀਕੀਆਂ ਵਾਲੀ, ਦੂਜਾ ਝੋਟੀ ਨੂਰ ਸ਼ਾਹ ਇਲਾਕੇ ਦੀ। ਬਾਕੀ ਕੈਮਰਾਮੈਨ ਕਹਿੰਦਾ ਤਸੱਲੀ ਕਰਵਾ ਦੇ ਝੋਟੀ ਦੀ। ਔਰ ਜਿਹੜੇ ਵੀਰ ਨੂੰ ਝੋਟੀ ਪਸੰਦ ਆਵੇ ਬੇਧੜਕ ਹੋ ਕੇ ਰਾਬਤਾ ਕਰੇ। ਪਾਕਿਸਤਾਨ ਦੇ ਜਿਹੜੇ ਕੋਨੇ ਕਹੋਗੇ, ਅੱਲਾ ਦੇ ਹੁਕਮ ਸਾਡੀ ਜ਼ਮਾਨਤ ਦੇਣ ਨੂੰ ਬੰਦੇ ਤਿਆਰ ਨੇ। ਔਰ ਇਨਸ਼ਾਅੱਲਾ ਸਾਫ ਸੁਥਰਾ ਕੰਮ ਕਰੀਦਾ ਹੈ। ਬਹੁਤ ਹੁੰਦੀ ਬਹੁਤ ਹੁੰਦੀ ਗਈ ਹੈ, ਸਾਫ ਸੁਥਰਾ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਮਾਸ਼ਾਅੱਲਾ। ਦੂਜਾ ਸੁਬਾ ਸੁਣਦੀ ਪਈ ਹੈ ਪਿਓਰ ਨੀਲੀ ਦੀ, ਦਰਿਆਏ ਸਤਲੁਜ ਦੇ ਇਲਾਕੇ ਦੀ ਝੋਟੀ ਆਈ ਹੈ, ਨੂਰ ਸ਼ਾਹ ਇਲਾਕੇ 'ਚ ਪਹਿਲਾ ਸੂਰਜ ਤੋਂ ਆਈ ਹੈ। ਦੂਜਾ ਸੁਬਾ ਸੁਣਦੀ ਪਈ ਹੈ, 4.5 ਤੋਂ 4 ਮਹੀਨੇ ਦੀ ਗੱਬਨ, ਡਾਕਟਰ ਪਾਸ, ਬਿੱਲੀਆਂ ਅੱਖਾਂ, ਚੂਰ ਕੁੰਡਾ ਸਿੰਘ, ਕੱਦ ਚੰਗਾ ਵੱਡਾ, ਵੇਲ ਚੰਗੀ, ਪਿਛਲੇ ਖੋਦ ਦੋ ਸਫੈਦ ਨੇ, ਅਗਲੇ ਕਾਲੇ ਨੇ, ਔਰ ਮੱਥੇ 'ਤੇ ਸਫੈਦ ਫੁੱਲੀ ਹੈ। ਬਾਕੀ ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਂਦੀਆਂ ਨੇ। ਹਮੇਸ਼ਾ ਤੋਂ ਵੀਰਾਂ ਨੂੰ ਜਾਨਵਰ ਦੇਈਦੇ ਨੇ, ਬੇਐਬ ਦੇਈਦੇ ਨੇ, ਬੇਨੁਕਸ ਦੇਈਦੇ ਨੇ। ਉਹ ਨੁਕਸ ਡੰਗਰ ਦੀ ਨਾ ਕਦੀ ਵੀਡੀਓ ਲਗਾਈ ਹੈ, ਨਾ ਲਗਾਉਣ ਦੀ ਲੋੜ ਹੈ। ਔਰ ਮੇਰੇ ਵੀਰਾਂ ਤਸੱਲੀਆਂ ਕਰ ਲੈਂਦੀਆਂ ਨੇ। ਬਾਬਿਆਂ ਦੀ ਝੋਟੀ ਤੋਂ ਬੜੇ ਬੰਦੇ ਨਾਰਾਜ਼ ਹੋਏ ਨੇ, ਉਹ ਨਾਰਾਜ਼ਗੀ ਖਤਮ ਕਰਨ ਵਾਸਤੇ ਸਫਲ ਕਰਕੇ ਮਿਹਨਤ ਕਰਕੇ ਅੱਛਾ ਜਾਨਵਰ ਕੱਢ ਕੇ ਲਏ ਹਾਂ ਕਿ ਮੇਰੇ ਵੀਰ ਆਸਾਨੀ ਤਰੀਕੇ ਨਾਲ ਖਰੀਦ ਸਕਣ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬੜੀ ਲਾਜਵਾਬ ਹੈ, ਬੜੀ ਪਿਆਰੀ ਹੈ, ਬੜੀ ਖੂਬਸੂਰਤ ਹੈ। ਮੇਰੇ ਵੀਰਾਂ ਨੇ ਤਸੱਲੀਆਂ ਕਰਨੀਆਂ ਨੇ, ਹਮੇਸ਼ਾ ਤੋਂ ਵੀਰਾਂ ਨੂੰ ਤਸੱਲੀਆਂ ਕਰਵਾਈਆਂ ਨੇ, ਅੱਛੇ ਜਾਨਵਰ ਲੈ ਕੇ ਦੇਈਦੇ ਨੇ, ਮਕੂਲ ਰੇਟ ਲੈ ਕੇ ਦੇਈਦੇ ਨੇ। ਮਾਸ਼ਾਅੱਲਾ ਜੀ, ਹਾਂ ਚੈੱਕ ਕਰ ਲੈਣਾ ਹੈ, ਨੀਲੀ ਦੇ 2 ਬਟਨ ਮੌਜੂਦ ਲੱਗੇ ਨੇ, ਉਹ ਚਵਾਈ ਹੋ ਗਈ ਹੈ। ਸ਼ਾਮੀ ਤਕਰੀਬਨ 6:16 ਦਾ ਟਾਈਮ ਹੈ, ਮੈਂ ਵੀਰਾਂ ਨੂੰ ਟਾਈਮ ਦਿਖਾ ਦੇਣਾ। 28 ਤਰੀਕ ਬਰੋਦ ਐਤਵਾਰ, 7ਵਾਂ ਮਹੀਨਾ, 2024। ਅੱਜ ਦੀ ਲੋਕੇਸ਼ਨ ਹੈਗੀ ਤਹਿਸੀਲ ਅਰਫਵਾਲਾ, ਜ਼ਿਲ੍ਹਾ ਪਾਕਪਤਨ, ਝੋਟੀ ਖੜੋਤੀ ਹੈ ਨੂਰ ਸ਼ਾਹ ਇਲਾਕੇ 'ਚ। ਮੇਰੇ ਵੀਰਾਂ ਨੇ ਤਸੱਲੀ ਕਰ ਲੈਣੀ, ਮੁੱਠੀ ਮੁੱਠੀ ਥਾਨ ਲੱਗਾ ਹੈ, ਬੜਾ ਲਾਜਵਾਬ ਲੱਗਾ, ਬੜਾ ਪਿਆਰਾ ਲੱਗਾ ਹੈ, ਹਵਾਨਾ ਮੇਰੇ ਵੀਰ ਵੇਖ ਲੈਣ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਖੂਬਸੂਰਤੀਆਂ ਚੈੱਕ ਕਰ ਲੈਣ, ਪੁੱਠਾ ਖੁੱਡਾ ਟਾਕਾ। ਮੇਰੇ ਵੀਰਾਂ ਨੇ ਤਸੱਲੀ ਕਰਨੀ ਹੈ, ਹਮੇਸ਼ਾ ਤੋਂ ਵੀਰਾਂ ਨੂੰ ਤਸੱਲੀਆਂ ਕਰਵਾਈਆਂ ਨੇ, ਅੱਛੇ ਜਾਨਵਰ ਲਿਖ ਦੇਈਦੇ ਨੇ, ਮਕੂਲ ਰੇਟ ਲਿਖ ਦੇਈਦੇ ਨੇ। ਬੜੀ ਲਾਜਵਾਬ ਹੈ, ਬੜੀ ਪਿਆਰੀ ਹੈ, ਬੜੀ ਖੂਬਸੂਰਤ ਹੈ, ਖੂਬਸੂਰਤੀ ਮਾਸ਼ਾਅੱਲਾ ਪੂਰੀ 100% ਹੈ, ਕਿਸੇ ਕਿਸਮ ਦਾ ਕੋਈ ਨੁਕਸ ਨਹੀਂ, ਕੋਈ ਐਬ ਨਹੀਂ, ਬੇਐਬ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਮੇਰੇ ਵੀਰਾਂ ਨੇ ਤਸੱਲੀਆਂ ਕਰਨੀਆਂ ਨੇ, ਹਮੇਸ਼ਾ ਤੋਂ ਵੀਰਾਂ ਨੂੰ ਤਸੱਲੀਆਂ ਕਰਵਾਈਆਂ ਨੇ, ਅੱਛੇ ਜਾਨਵਰ ਲਿਖ ਦੇਈਦੇ ਨੇ, ਮਕੂਲ ਰੇਟ ਲਿਖ ਦੇਈਦੇ ਨੇ। ਅੱਲਾ ਦੇ ਹੁਕਮ ਨਾਲ ਝੋਟੀ ਤਿਆਰ ਹੋਈ, ਪੂਰਾ 7 ਲੱਖ ਦੀ ਝੋਟੀ ਹੈ ਕਰਮਾ ਲਈ, ਜਿੱਡਾ ਵੱਡਾ ਮਾਸ਼ਾਅੱਲਾ ਕੱਦ ਹੈ, ਵੇਲ ਹੈ, ਹਾਈਟ ਮਾਸ਼ਾਅੱਲਾ, ਔਰ ਸੁਨੱਪ ਮਾਸ਼ਾਅੱਲਾ ਪੂਰਾ ਹੈ,
ਕਿਸੇ ਪਾਸੋਂ ਨੂੰ ਖੁੰਜੀ ਕਰਮਾ ਲਈ, ਬਿੱਲੀਆਂ ਅੱਖਾਂ ਉਹ ਸਿੰਘ ਮੁੜ ਕੇ ਕੱਠਾਂ ਲਈ ਖੜੀ। ਮੇਰੇ ਵੀਰਾਂ ਨੇ ਕੰਨ ਵੇਖ ਲੈਣੇ, ਛੱਜਾਂ ਵੱਖੋ ਕੰਨ ਨੇ, ਮਾਸ਼ਾਅੱਲਾ ਕੰਨ ਤੀਰ ਸਿੱਧੀ ਪਈ ਹੈ, ਕਵਾਂ ਜ਼ਰਾ ਵੀ ਨਹੀਂ ਹੈਗਾ। ਇਹ ਨਹੀਂ ਕਿ 6-6 ਇੰਚ ਉੱਤੇ ਕਵਾਂ ਹੋਵੇ, ਕਵੇਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ। ਬਾਕੀ ਮੇਰੇ ਵੀਰਾਂ ਨੇ ਤਸੱਲੀ ਕਰਨੀ ਹੈ, ਹਮੇਸ਼ਾ ਤੋਂ ਵੀਰਾਂ ਨੇ ਤਸੱਲੀਆਂ ਕਰਵਾਈਆਂ ਨੇ, ਅੱਛੇ ਜਾਨਵਰ ਦੇਈਦੇ ਨੇ, ਮਕੂ ਰੇਤ ਲੈ ਖਰੀਦੇ ਨੇ। ਮੇਰੇ ਵੀਰਾਂ ਨੇ ਥਾਂ ਚੈੱਕ ਕਰ ਲੈਣਾ ਹੈ ਪੂਰੀ ਲੋਕੇਸ਼ਨ ਦੇ, ਇਕੱਲਾ ਇਕੱਲਾ ਥਾਂ ਲੱਗਾ ਹੈ, ਬੜਾ ਲਾਜਵਾਬ ਲੱਗਾ ਹੈ, ਬੜਾ ਪਿਆਰਾ ਲੱਗਾ ਹੈ। ਬਾਕੀ ਭਾਣ ਕਹਿੰਦਾ ਕਿ ਮਾੜਾ ਛੱਡ ਕੇ ਚੋਰ ਕੇ ਵਿਖਾ ਦੇ, ਛੱਡੀ ਭਾਜ ਮਾੜਾ ਚੋਰ ਫੇਰ ਕੇ ਤਸੱਲੀਆਂ ਕਰਵਾ ਦਿੰਦੇ ਹਾਂ ਕਿ ਮੇਰੇ ਵੀਰ ਆਸਾਨੀ ਤਰੀਕੇ ਨਾਲ ਖਰੀਦ ਸਕਣ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਵੇਲ ਝੋਟੀ ਦੀ ਕੱਦ ਹਾਈਟ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਮੇਰੇ ਵੀਰਾਂ ਨੇ ਮਾਸ਼ਾਅੱਲਾ ਇੱਕ ਮਿੰਟ ਕਰਨੇ ਨੇ, ਔਰ ਅੱਲਾਹ ਪਾਕ ਨਦੇ ਤੋਂ ਵੱਧ ਤੋਂ ਬਚਾਵੇ, ਔਰ ਜਿਹੜਾ ਵੀਰ ਲੈ ਜਾਵੇ ਔਰ ਸਾਡੀ ਦੁਆ ਇੱਕ ਅੱਲਾਹ ਪਾਕ ਉਹਨੂੰ ਲੈ 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 ਕੋਈ ਨਹੀਂ ਲੈ। ਮੇਰੇ ਵੀਰ ਤਸੱਲੀਆਂ ਕਰ ਲੈਣ, ਮਾਸ਼ਾਅੱਲਾ ਪਿਓਰ ਨੀਲੀ ਦਾ ਨਗੀਨਾ ਕਰਕੇ ਲਿਆਏ ਹਾਂ ਕਿ ਮੇਰੇ ਵੀਰ ਦੇਖਣ ਔਰ ਖਰੀਦਣ ਦੇ ਖੁਆਹਿਸ਼ਮੰਦ ਹੋਣ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਮੇਰੇ ਵੀਰ ਮੇਰੇ ਬਜ਼ੁਰਗ ਹਾਜੀ ਰਫੀਕ ਸਾਹਿਬ ਬੱਖਰ ਤੋਂ ਅੱਲਾਹ ਦੇ ਹੁਕਮ ਨਾਲ ਵੀਡੀਓ ਵੇਖਣ ਦੇ, ਲਾਜ਼ਮੀ ਕਾਲ ਕਰਨ ਦੇ, ਔਰ ਕਾਫੀ ਮੇਰੇ ਵੀਰ ਨੇ ਇਟਲੀ, ਫਰਾਂਸ, ਯੂਰਪ ਦੇ ਮੁਲਕਾਂ 'ਚ ਬੈਠੇ ਨੇ, ਉਹ ਵੀ ਬੜੇ ਨਾਰਾਜ਼ ਹੋਏ ਨੇ ਬਾਬੇ ਵਾਲੀ ਝੋਟੀ ਤੋਂ। ਅੱਲਾਹ ਦੇ ਹੁਕਮ ਨਾਲ ਉਹਦੇ ਤੋਂ ਵੀ ਮਾਸ਼ਾਅੱਲਾ 30% ਚੰਗੀ ਹੈ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਬਸ ਛੱਡੋ ਜੀ, ਜਾਣ ਦਿਓ। ਮੇਰੇ ਵੀਰਾਂ ਨੇ ਤਸੱਲੀ ਕਰਨੀ ਹੈ, ਤਸੱਲੀਆਂ ਕਰਾਈਆਂ ਨੇ, ਅੱਛੇ ਜਾਨਵਰ ਲੱਖ ਦੇਈਦੇ ਨੇ, ਮਕੂਦ ਰੇਟ ਲੱਖ ਦੇਈਦੇ ਨੇ। ਬਾਕੀ ਮਜ਼ੀਦ ਗੱਲਾਂ ਬਾਤਾਂ ਕਰ ਲੈਂਦੇ ਮਾਲਕਾਂ ਨਾਲ, ਕੀ ਹਿਸਾਬ ਕਿਤਾਬ ਹੈ, ਕੀ ਡਿਟੇਲ ਹੈ, ਕਿੰਨੇ ਦੀ ਦੇਣੀ ਹੈ, ਸਾਰੀ ਗੱਲਬਾਤ ਕਰਨੀ ਆ ਸਾਂਝੀਆਂ। ਮੇਰੇ ਵੀਰਾਂ ਨੇ ਤਸੱਲੀਆਂ ਕਰ ਲੈਣੀਆਂ ਨੇ, ਬਾਕੀ ਮਜ਼ੀਦ ਗੱਲਾਂ ਬਾਤਾਂ ਕਰ ਲੈਂਦੇ ਮਾਲਕਾਂ ਨਾਲ, ਕੀ ਹਿਸਾਬ ਕਿਤਾਬ ਹੈ, ਕੀ ਡਿਟੇਲ ਹੈ, ਕਿੰਨੇ ਦੀ ਦੇਣੀ ਹੈ। ਅਸਲਾਮ ਅਲੈਕੁਮ ਜਨਾਬ, ਕੀ ਹਾਲ ਭਾਅ? ਠੀਕ ਹੋ? ਠੀਕ ਠਾਕ ਭਾਅ ਜੀ। ਪਹਿਲੀ ਗੱਲ ਤੇ ਕਿਆ ਨਾਮ ਕੀ? ਮੁਹੰਮਦ ਅਰਸ਼ਦ। ਮੁਹੰਮਦ ਅਰਸ਼ਦ ਅਰਸ਼ਦ ਭਾਈ, ਤੁਹਾਡੀ ਝੋਟੀ ਦਿਖਾਈ ਹੈ, ਮਾਸ਼ਾਅੱਲਾ ਸੋਹਣੀ ਝੋਟੀ ਹੈ। ਅੱਜ 3-4 ਦਿਨ ਪਹਿਲਾਂ ਇੱਕ ਬੰਦੇ ਨੂੰ ਝੋਟੀ ਲਗਾਈ ਸੀ, ਮੇਰੇ ਬੜੇ ਵੀਰ ਨਾਰਾਜ਼ ਹੋਏ ਨੇ, ਇੰਨੀ ਵਹਿਣ ਤੋਂ ਝੋਟੀ ਤੁਹਾਡੀ ਲੱਭੀ ਹੈ, ਸਫ਼ਰ ਕਰਕੇ ਆਏ ਹਾਂ, ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਮਿੰਨਤ ਅੱਲਾਹ ਕੀਤਾ ਹੈ ਕਿ ਜੈਦ ਨਸਲ ਦੇ ਉੱਤੇ ਰਹੀ ਜੀ। ਇਹ ਝੋਟੀ ਕਿੰਨਾ ਸੁਬਾ ਸੁਣਦੀ ਭਾਅ? ਇਹ ਦੂਸਰਾ ਸੁਬਾ ਸੋਹਣਾ ਹੈ ਸੋਹਣਾ ਹੈ ਜੀ। ਕਿੰਨੇ ਮਹੀਨੇ ਆਏਗਾ ਬਣੇ? ਇਹ 4 ਮਹੀਨੇ ਮੁਕੰਮਲ ਹੋ ਗਏ, 5ਵਾਂ ਮਹੀਨਾ ਸ਼ੁਰੂ ਹੋਣਾ। 5ਵਾਂ ਮਹੀਨਾ ਸ਼ੁਰੂ। ਜਿਹੜਾ ਵੀਰ ਲਵੇ ਆਪਣਾ ਡਾਕਟਰ ਨਾਲ ਲਿਆ ਕੇ ਚੈੱਕ ਕਰਵਾ, ਚੈੱਕ ਕਰਕੇ ਤਸੱਲੀ, ਸ਼ੋਰਟੀ ਗਰੰਟੀ ਹੋਏਗੀ। ਸ਼ੋਰਟੀ ਗਰੰਟੀ। ਦੁੱਧ ਕਿੰਨਾ ਕਰ ਲਿਆ? ਦੁੱਧ 6 ਕਿਲੋ ਪੱਕਾ। ਦੋ ਟਾਈਮ ਤੁਹਾਡੇ ਤੇ ਕੋਈ ਟੀਕੇ ਦੇ? ਇਹ ਪਹਾੜੇ ਦੇ। ਪਹਾੜੇ ਦੇ ਜੀ। ਛੱਟਾ ਫੁਹਾਰਾ ਗੰਢ ਮਲੋੜੀ ਹਰ ਗੱਲ, ਹਰ ਤਰ੍ਹਾਂ ਦੀ ਗਰੰਟੀ ਹੋਏਗੀ, ਥਣਾਂ ਦੀ ਹਰ ਚੀਜ਼ ਦੀ ਗਰੰਟੀ ਹੋਏਗੀ, ਆਪਣੀ ਇਨਸ਼ਾਅੱਲਾ ਖਾਲਸ ਚੀਜ਼ ਦੇ ਆਉਂਗੇ। ਇਹ ਘਰ ਦੀ ਝੋਟੀ? ਘਰ ਦੀ। ਘਰ ਦੀ ਹਾਂਜੀ। ਅਤੇ ਮੇਰਾ ਵੀਰ ਮੁੱਲ ਕਾ ਜਿਹੜਾ ਲੈ ਲਓ? ਇਹਦਾ ਜੀ 3,55,000। 3,55,000 ਦਾ? 3,00,000 3,55,000 5,000 ਮਿਹਨਤ ਕਰਨੇ ਜੋ ਵੀ ਕਰਨੇ ਆ, 5,000 ਰੁਪਏ ਹੋਰ ਛੱਡ ਦੇ ਸਾਡੇ ਕੈਂਪ 'ਤੇ।
ਲੰਬੀ ਹੋ ਰਹੀ ਹੈ ਦੂਰੋਂ ਬੰਦਾ ਵੀਰ ਭਰਾ ਆਇਆ ਯਾਰ ਕਰਨੀ ਤੇ ਪੈਣੀ ਦੂਰੋਂ ਆ ਜਾਏ ਕੋਈ ਤੇ ਚਲੋ 1500 ਜਿਹੜਾ ਬੰਦਾ ਪਿਆਰ ਕਰ ਲਵਾਂਗੇ ਹੈ ਜਿਹੜੇ ਵੀਰ ਨੂੰ ਝੋਟੀ ਪਸੰਦ ਆਵੇ ਸਾਰਿਆਂ ਕੇ ਰਾਬਤਾ 2306 51 10 914 ਇਕਾਲ ਨੰਬਰ ਹੈ, ਵਟਸਐਪ ਨੰਬਰ, ਈਮੇਲ ਨੰਬਰ ਹੈ। ਇਸੇ ਤਰੀਕੇ ਨਾਲ ਆਪਣੇ ਵੀਰ ਨੂੰ ਇਜਾਜ਼ਤ ਮਿਲਾਂਗੇ ਕੱਚੀ ਨੂੰ ਵੀਡੀਓ 'ਤੇ। ਪਾਕਿਸਤਾਨ, ਅੱਲਾ ਨਿਗਬਾਨ, ਪਾਕ ਆਦਮੀ ਜ਼ਿੰਦਾਬਾਦ।